ਕਿਵੇਂ ਦੇਖਦੇ ਹਾਂ ਮੀਡੀਆ ਦੇ کردار ਤੇ ਵੀ ਸਵਾਲ ਉੱਠਦੇ ਨੇ ਮੀਡੀਆ ਹਾਲਾਂਕਿ ਇਲਜ਼ਾਮ ਲਾਉਂਦਾ ਕਿ ਹਰੇਕ ਚੀਜ਼ ਦੇ ਵਿੱਚ ਸਿਆਸਤ ਭਾਰੂ ਪੈ ਗਈ ਪਰ ਉਹ ਉਸ ਪ੍ਰਸ਼ਾਸਨ ਹੋਵੇ ਕਿ ਸਿਆਸਤ ਦਾ ਸਿੱਧਾ ਦਾਖਲ ਆਪਸਰशाही ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਵੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਮੀਡੀਆ ਦੇ ਵਿੱਚ ਵੀ ਸਿਆਸਤ ਦਾ ਸਿੱਧਾ ਦਾਖਲ ਹੈ ਤੇ ਮੀਡੀਆ ਵੀ ਹੁਣ ਸਵਾਲਾਂ ਦੇ ਕਿਹੜੇ ਦੇ ਵਿੱਚ ਤੇ ਪੰਜਾਬ ਦੀ ਮੀਡੀਆ ਉੱਤੇ ਇਸ ਇਸ਼ੂ 'ਚ ਪ੍ਰੈਸ਼ਰ ਨਹੀਂ ਹੈ ਇਹ ਮੈਂ ਨਹੀਂ ਕਹਿ ਰਿਹਾ ਕਿ ਪੰਜਾਬ ਦੀ ਮੀਡੀਆ ਕੋਈ ਚੰਗੀ ਹੈਗੀ ਬਟ ਐਸ ਇਸ਼ੂ 'ਚ ਕਿਉਂਕਿ ਕੋਈ ਪ੍ਰੈਸ਼ਰ ਨਹੀਂ ਹੈਗਾ ਤੇ ਪਤਕਰ ਆਪਣਾ ਕੰਮ ਪਤਕਰਤਾਤਾ ਕਰ ਸਕਦਾ ਹੈ ਇਸ਼ੂ ਕੋਈ ਹੋਰ ਆ ਜਾਏ कल ਜੇ ਦੇ ਚ ਪੰਜਾਬ ਸਰਕਾਰ ਦਾ ਪ੍ਰੈਸ਼ਰ ਪੈ ਜਾਏ ਤੇ ਇਧਰ ਦੀ ਮੀਡੀਆ ਵੀ ਉਹੀ ਕੰਮ ਕਰੂਗੀ ਜਿਹੜੀ ਦਿੱਲੀ ਦੀ ਮੀਡੀਆ ਕਰਦੀ ਹੈ। ਜ਼ਿਕਰ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਤੁਸੀਂ ਕੀ ਸੋਚਦੇ ਹੋ ਕਿਸਾਨੀ ਅੰਦੋਲਨ ਬਾਰੇ? ਕਿਸਾਨੀ ਜਿਹੜੀਆਂ ਜਥੇਬੰਦੀਆਂ ਨੇ ਜੇਕਰ ਪੰਜਾਬ ਦੀ 2022 ਦੀਆਂ ਵਿਧਾਨ ਸਭਾ ਦੇ ਚੋਣਾਂ ਵੀ ਆਉਣ ਲੱਗ ਆਉਣ ਵਾਲੀਆਂ ਨੇ ਤੁਹਾਨੂੰ ਕੀ ਲੱਗਦਾ ਉਹ ਲੋਕਾਂ ਦੇ ਹੱਕ ਦੇ ਨਿੱਤਰਣਗੇ ਜਾਂ ਫਿਰ ਬੱਤੀ ਦੀਆਂ ਬੱਤੀ ਜਥੇਬੰਦੀਆਂ ਇੱਥੇ ਆ ਕੇ ਉਹੀ ਅਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਦੇ ਵਿੱਚ ਵਟ ਜਾਣਗੀਆਂ ਜਿਵੇਂ ਪਹਿਲਾਂ ਤੋਂ ਪਹਿਲਾਂ ਤੋਂ ਹੀ ਵਟੇ ਹੋਏ ਨੇ। ਪਰ ਅਗਰ ਕਿਸੇ ਕਾਠੇ ਨੇ ਪੰਦੀ ਨੇ ਡਿਸੀਜਨ ਨਹੀਂ ਲਿੱਤਾ ਕਿ ਅਸੀਂ ਇੱਕ ਪਾਰਟੀ ਨੂੰ ਸਪੋਰਟ ਕਰਨਾ ਹੈ ਤੋਂ ਜੱਥੇਬੰਦੀ ਦੇ ਲੋਕ ਵਾਪਸ ਆ ਕੇ ਉਹਨਾਂ ਨੇ ਆਪਣੇ ਲੋਕਲ ਇਸ਼ੂਸ ਪਿੰਡਾਂ 'ਚ ਜਿਹੜਾ ਹੋ ਰਿਹਾ ਹੈ ਉਹਦੇ ਮੁਤਾਬਿਕ ਵੋਟ ਪਾਉਣਾ ਹੈਗਾ ਮੇਰਾ ਤੇ ਇਹ ਹੀ ਹੁਣ ਸਚਨਾ ਹੈਗਾ ਕਿ ਇਹ ਵੋਟ ਵੰਡੂਗਾ ਇਹ ਕਿਸੇ ਇੱਕ ਪਾਰਟੀ ਨੂੰ ਨਹੀਂ ਜਾਵੇ ਤੇ ਆ ਪਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਉੱਥੇ ਖੜੇ ਨੇ ਪੰਜਾਬ ਦੇ ਲੋਕਾਂ ਦੇ ਮੱਦੇ ਉੱਥੇ ਖੜੇ ਨੇ ਤੁਸੀਂ ਪੰਜਾਬ ਦੇ ਲੋਕਾਂ ਦਾ ਤੇ ਪੰਜਾਬ ਦੇ ਲੋਕਾਂ ਦਾ ਸਿਆਸੀ ਭਵਿੱਖ ਕੀ ਦੇਖ ਦਿੰਦੇ ਹੋ 2022 ਗੱਲ ਕਰ ਦੋ ਪੰਜਾਬ ਦੀ ਇਕਨੋਮੀ ਦੀ ਗੱਲ ਕਰ ਲਓ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਉਸ ਤੌਰ ਤੇ ਕੋਈ ਕੀ ਕਰੂਗਾ ਇਹਦੇ ਬਾਰੇ ਤੇ ਕੋਈ ਗੱਲ ਨਹੀਂ ਹੋ ਰਹੀ ਸੱਚੀ ਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਵਾਸੀ ਟੀਵੀ ਅੱਜ ਦਾ ਜੋ ਦੌਰ ਹੈ ਜਿੱਥੇ ਕਰਦਾਰ ਦੇਖੇ ਜਾ ਰਹੇ ਨੇ ਹਰ ਬੰਦੇ ਦੇ ਕਰਦਾਰ ਦੇਖੇ ਜਾ ਰਹੇ ਨੇ ਉੱਥੇ ਜਿੱਥੇ ਸਿਆਸਤ ਦਾ ਕਿਰਦਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਸਿਆਸਤਦਾਨਾਂ ਦਾ ਕਿਰਦਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਉੱਥੇ ਮੀਡੀਆ ਦਾ ਕਿਰਦਾਰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਜੋ 2022 ਚੱਲ ਰਿਹਾ ਜੋ ਅੱਜ ਦਾ ਸਮਾਂ ਜਿਸ ਘੜੀ ਚ ਅਸੀਂ ਜੀ ਰਹੇ ਹਾਂ ਸਾਡੇ ਨਾਲ ਕਾਰਵਾਨ ਦੇ ਸੰਪਾਦਕ ਹਰਤੋਸ਼ ਸਿੰਘ ਬਲਜੀ ਨੇ ਅਸੀਂ ਉਹਨਾਂ ਨਾਲ ਖਾਸ ਕਰਕੇ ਮੀਡੀਆ ਦੀ ਭੂਮਿਕਾ ਜੋ ਅੱਜ ਦੇ ਦੌਰ ਦੇ ਵਿੱਚ ਚੱਲ ਰਹੀ ਆ ਜੋ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਕਿਵੇਂ ਦੇਖਦੇ ਹਾਂ ਮੀਡੀਆ ਦੇ کردار ਤੇ ਵੀ ਸਵਾਲ ਉੱਠਦੇ ਨੇ ਮੀਡੀਆ ਹਾਲਾਂਕਿ ਇਲਜ਼ਾਮ ਲਾਉਂਦਾ ਕਿ ਹਰੇਕ ਚੀਜ਼ ਦੇ ਵਿੱਚ ਸਿਆਸਤ ਪਰੂ ਪੈ ਗਈ ਭਾਵੇਂ ਉਹ ਪੁਲਿਸ ਪ੍ਰਸ਼ਾਸਨ ਹੋਵੇ ਕਿ ਸਿਆਸਤ ਦਾ ਸਿੱਧਾ ਦਖਲ ਅਫਸਰशाही ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਵੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਮੀਡੀਆ ਦੇ ਵਿੱਚ ਵੀ ਸਿਆਸਤ ਦਾ ਸਿੱਧਾ ਦਖਲ ਹੈ ਤੇ ਮੀਡੀਆ ਵੀ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਹੈਗੀ ਹੈ ਤੇ ਹੋਣੀ ਵੀ ਚਾਹੀਦੀ ਹੈਗੀ ਕਿਉਂਕਿ ਜਿਹੜੀ ਗੱਲ ਤੁਸੀਂ ਪੁਲਿਸ ਦੇ ਬਾਰੇ ਕੀਤੀ ਹੈਗੀ ਹੈ ਇਹ ਅਫਸਰਸ਼ਾਹੀ ਦੇ ਬਾਰੇ ਕੀਤੀ ਹੈ ਨੈਸ਼ਨਲ ਲੈਵਲ ਤੇ ਮੀਡੀਆ ਨਾਲ ਹੋ ਗਿਆ ਹੈਗਾ ਕਿ ਜਿਹੜੇ ਮੀਡੀਆ ਦੇ ਮਾਲਕ ਹੈਗੇ ਆ ਜਿਹੜੇ ਕਾਰਪੋਰੇਟ ਆਗੂ ਹੈਗੇ ਆ ਮੇਨਸਟ੍ਰੀਮ ਅਖਬਾਰ ਹੋਣ ਚਾਹੇ ਮੇਨਸਟ੍ਰੀਮ ਟੈਲੀਵਿਜ਼ਨ ਚੈਨਲ ਹੋਣ ਵਾਟ ਦੇ ਜਿਹੜੇ ਵੀ ਨੁਮਾਇੰਦੇ ਹੈਗੇ ਇਹ ਸਾਰੇ ਮਾਲਕ ਸਰਕਾਰ ਦੇ ਨਾਲ ਜੁੜੇ ਹੋਏ ਹੈਗੇ ਚਾਹੇ ਇਨ੍ਹਾਂ ਦੇ ਫਾਈਨੈਂਸ਼ੀਅਲ ਇੰਟਰਸ ਸਰਕਾਰ ਨਾਲ ਜੁੜੇ ਹੋਏ ਹੈਗੇ ਜਾਂ ਇਨ੍ਹਾਂ ਦੇ ਆਈਡੀਓਲੋਜੀਕਲ ਇੰਟਰਸ ਹਿੰਦੂਤਵਾ ਨੂੰ ਲੈ ਕੇ ਸਰਕਾਰ ਨਾਲ ਜੁੜੇ ਹੋਏ ਤੇ ਇਹ ਪત્રਕਾਰ ਇਹ ਤਾਂ ਨਹੀਂ ਚਾਹੁੰਦੇ ਹੈਗੇ ਚਾਹੁੰਦੇ ਹੈਗੇ ਕਿ ਇੱਕ ਸਰਕਾਰ ਦਾ ਪ੍ਰੋਪਗੈਂਡਾ ਵਿੰਗ ਬਣ ਜਾਏ ਮੀਡੀਆ ਤੇ ਉਹ ਹੋ ਵੀ ਗਿਆ ਹੈ ਨੈਸ਼ਨਲ ਲੈਵਲ ਤੇ ਤੇ ਆਮ ਤੌਰ ਤੇ ਜਰਨਲਿਸਟ ਜਿਹੜਾ ਇਹੋ ਜਿਹੇ ਆਰਗੇਨਾਈਜੇਸ਼ਨ ਚ ਕੰਮ ਕਰਨਾ ਵੀ ਚਾਹੇ ਉਹ ਨਹੀਂ ਕਰ ਸਕਦਾ ਕਿਉਂਕਿ ਮਾਲਕ ਦੀ ਮਰਜ਼ੀ ਕੁਝ ਹੋਰ ਹੈਗੀ ਹੈ ਤੇ ਮਾਲਕ ਦੀ ਮਰਜ਼ੀ ਹੈਗੀ ਹੈ ਕਿ ਅਸੀਂ ਸਰਕਾਰ ਦੀ ਗੱਲ ਕਰ ਰਹੀ ਹਾਂ ਉਹ ਅੱਜ ਮੇਨਸਟ੍ਰੀਮ ਮੀਡੀਆ ਦੇ ਇਹ ਹਾਲਾਤ ਹੈ ਇਹ ਸੱਚਾਈ ਹੈ ਕਿ ਕੁਝ ਇਧਰ ਉਧਰ ਛੋਟੇ ਆਰਗੇਨਾਈਜੇਸ਼ਨਸ ਨੂੰ ਛੱਡ ਕੇ ਕੁਝ ਇੱਕੇ ਦੁੱਕੇ ਜਰਨਲਿਸਟ ਇਹੋ ਜਿਹੀ ਸਟੋਰੀਜ਼ ਕਰ ਲੈਣ ਬਟ ਮੁੱਖ ਰੂਪ ਤੇ ਲਾਰਜਰ ਸਕੇਲ ਤੇ ਸੱਚਾਈ ਇਹ ਹੈ ਕਿ ਮੀਡੀਆ ਕੰਪਰੋਮਾਈਜ਼ਡ ਹੈ ਕਿਸਾਨ ਅੰਦੋਲਨ ਨੂੰ ਲੈ ਕੇ ਸਟੇਟ ਤੇ ਨੈਸ਼ਨਲ ਮੀਡੀਆ ਦੀ ਆਪਸ ਵਿੱਚ ਖਿੱਚੋ ਤਾਣ ਚੱਲ ਰਹੀ ਆ ਰਹੀ ਵੀ ਆ 26 ਦੇ ਘਟਨਾਵਾਂ ਵੇਲੇ ਤਾਂ ਬਹੁਤ ਰਹੀ ਆ ਤੁਸੀਂ ਦੋਵਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਅੰਦੋਲਨ ਦੇ ਬਾਰੇ ਵਿੱਚ ਦੇਖੋ ਜਿਹੜੀ ਨੈਸ਼ਨਲ ਮੀਡੀਆ ਹੈਗੀ ਹੈ ਇੱਕ ਉਹ ਸਰਕਾਰ ਦੀ ਗੱਲ ਕਰਦੀ ਹੈ ਮੋਦੀ ਸਰਕਾਰ ਦੀ ਦੂਜੀ ਇੱਕ ਉਹ ਅਰਬਨ ਅਪਰਕਾਸਟ ਹਿੰਦੂ মিডিਆ ਹੈਗੀ ਹੈ ਡੋਮਿਨੇਸ਼ਨ ਇਹੋ ਜੇ ਲੋਕਾਂ ਦੀ ਹੈਗੀ ਹੈ ਜਿਨ੍ਹਾਂ ਨੂੰ ਨਾ ਕਿਸਾਨੀ ਬਾਰੇ ਕੁਝ ਪਤਾ ਹੈਗਾ ਨਾ ਕਿਸਾਨੀ ਬਾਰੇ ਸਮਝ ਹੈਗੀ ਹੈ ਤੇ ਇਹ ਦੋਨੋਂ ਚੀਜ਼ਾਂ ਨੂੰ ਕੰਬਾਈਨ ਕਰ ਦੋ ਤਾਂ ਉਹਨਾਂ ਨੂੰ ਇੱਕ ਮਖੌਲ ਲੱਗਦਾ ਹੈ ਜਾਂ ਉਹਨਾਂ ਨੂੰ ਇਹ ਵੱਡੀ ਗੱਲ ਲੱਗਦੀ ਹੈਗੀ ਕਿ ਕੋਈ ਕਿਸਾਨ ਅਗਰ ਜੀਨਸ ਪਾ ਲੇ ਅੰਗਰੇਜ਼ੀ ਚ ਗੱਲ ਕਰ ਲਾ ਤੇ ਉਹ ਕੋਈ ਮਾੜੀ ਗੱਲ ਹੈਗੀ ਪੰਜਾਬ ਚ ਸਾਨੂੰ ਸੱਚਾਈ ਪਤਾ ਹੈਗੀ ਹੈ ਤੇ ਪੰਜਾਬ ਚ ਕਿਉਂਕਿ ਇਹ ਪਬਲਿਕ ਇੰਟਰਸਟ ਹੈਗਾ ਇੱਕ ਕਿਸਾਨ ਮੋਰਚੇ ਚ ਤੇ ਪੰਜਾਬ ਦੀ ਮੀਡੀਆ ਉੱਤੇ ਇਸ ਇਸ਼ੂ ਚ ਪ੍ਰੈਸ਼ਰ ਨਹੀਂ ਹੈਗਾ ਇਹ ਮੈਂ ਨਹੀਂ ਕਹਿ ਰਿਹਾ ਕਿ ਪੰਜਾਬ ਦੀ ਮੀਡੀਆ ਕੋਈ ਚੰਗੀ ਹੈਗੀਏ ਬਟ ਇਸ ਇਸ਼ੂ ਚ ਕਿਉਂਕਿ ਕੋਈ ਪ੍ਰੈਸ਼ਰ ਨਹੀਂ ਹੈਗਾ ਤੇ ਪੱਤਰਕਾਰ ਆਪਣਾ ਕੰਮ ਪੱਤਰਕਾਰਤਾ ਦਾ ਕਰ ਸਕਦਾ ਹੈ ਇਸ਼ੂ ਕੋਈ ਹੋਰ ਆ ਜਾਏ ਕੱਲ ਜੇ ਦੇ ਚ ਪੰਜਾਬ ਸਰਕਾਰ ਦਾ ਪ੍ਰੈਸ਼ਰ ਪੈ ਜਾਏ ਤੇ ਇੱਧਰ ਦੀ ਮੀਡੀਆ ਵੀ ਉਹੀ ਕੰਮ ਕਰੂਗੀ ਜਿਹੜੀ ਦਿੱਲੀ ਦੀ ਮੀਡੀਆ ਕਰ ਰਹੀ ਹੈਗੀ ਪਰ ਇਸ ਇਸ਼ੂ ਚ ਕੰਮ ਠੀਕ ਕੀਤਾ ਹੈਗਾ ਇੱਥੇ ਤਾਂ ਜਿਹੜਾ ਇੰਟਰਨੈਟ ਆ ਗਿਆ ਇੰਟਰਨੈਟ ਦੀ ਦੁਨੀਆ ਦੇ ਵਿੱਚ ਮੀਡੀਆ ਦੇ ਆਉਣ ਦੇ ਕੀ ਮਾੜੇ ਅਸਰ ਨੇ ਕੀ ਚੰਗੇ ਅਸਰ ਪੈਨੇ ਤੁਸੀਂ ਦੋਨਾਂ ਪੱਖਾਂ ਨੂੰ ਨੇੜੇ ਤੋਂ ਦੇਖਿਆ ਦੇਖੋ ਇੱਕ ਤੇ ਇਹ ਹੈਗਾ ਕਿ ਇੱਕ ਮੋਨੋਪੋਲੀ ਟੁੱਟ ਗਈ ਹੈ ਜੇ ਅਗਰ ਅਸੀਂ ਕੋਈ ਚੰਗੀ ਸਟੋਰੀ ਕਰਦੇ ਹੀ ਹੈ ਕਿਆ ਰਹੇ ਹੋਣ ਤੇ ਤੇ ਸਰਕਾਰ ਰੋਕਣਾ ਚਾਹੇ ਰੋਕ ਨਹੀਂ ਸਕਦੀ ਹੈ ਕਿ ਇਹ ਕੋਈ ਵੱਡੇ ਅਖਬਾਰ ਨਾ ਵੀ ਛਾਪਨ ਲੋਗਾ ਚ ਪਹੁੰਚ ਜਾਂਦੀ ਹੈਗੀ ਸਟੋਰੀ ਉਹਦਾ ਡਿਸਐਡਵਾਂਟੇਜ ਇਹ ਹੈਗਾ ਕਿ ਜਿਹੜੀ ਸੈਂਸੇਸ਼ਨਲਿਜ਼ਮ ਹੈਗੀ ਹੈ ਕਿ ਲੋਕ ਆਪਣੀ ਜਰਨਲਿਜ਼ਮ ਪਰਸਨਲਾਈਜ਼ ਕਰਕੇ ਥੋੜੀ ਗੱਲਾਂ ਨੂੰ ਉਹ ਵਾਕੇ ਬੋਲਨ ਸੈਂਸੇਸ਼ਨਲਾਈਜ਼ ਕਰਨ ਤੇ ਉਹਨਾਂ ਦੇ ਫਾਲੋਅਰਸ ਵੱਧ ਜਾਂਦੇ ਹੈਗੇ ਲੋਕ ਉਹਨਾਂ ਨੂੰ ਫਾਲੋ ਕਰਨ ਲੱਗਦੇ ਆ ਉਹਨਾਂ ਦੀ ਮੋਨਟਾਈਜ਼ੇਸ਼ਨ ਵੱਧ ਜਾਂਦੀ ਹੈਗੀ ਤੇ ਦੋਨੋਂ ਚੀਜ਼ਾਂ ਹੋ ਰਹੀਆਂ ਇੱਕ ਤੇ ਸਰਕਾਰ ਦੀ ਐਬਿਲਿਟੀ ਕੰਟਰੋਲ ਕਰਨ ਦੀ ਥੋੜੀ ਘਟ ਜਾਂਦੀ ਹੈਗੀ ਪਰ ਦੂਜਾ 네ਗੇਟਿਵ ਇੰਪੈਕਟ ਇਹ ਹੈਗਾ ਕਿ ਇੱਕ ਸੈਂਸੇਸ਼ਨਲਿਜ਼ਮ ਲਾਈਕਸ ਦੀ ਜਰਨਲਿਜ਼ਮ ਹੁੰਦੀ ਹੈਗੀ ਉਹ ਉਹਦਾ ਅਲਟੀਮੇਟ ਪੋਲਿਟਿਕਸ ਤੇ ਜਿਹੜਾ ਅਸਰ ਪੈਂਦਾ ਹੈਗਾ ਕਿ ਲੋਕ ਉਹ ਹੀ ਦੇਖਦੇ ਹੈਗੇ ਜਿਹੜੀ ਚੀਜ਼ ਉਹਨਾਂ ਦੇ ਨਜ਼ਰੀਏ ਨਾਲ ਮਿਲਦੀ ਹੈਗੀ ਤੇ ਉਹ ਫੈਕਟਸ ਲਈ ਜਰਨਲਿਜ਼ਮ ਨਹੀਂ ਦੇਖਦੇ ਹੈਗੇ ਸਟੋਰੀ ਲਈ ਜਰਨਲਿਜ਼ਮ ਨਹੀਂ ਦੇਖਦੇ ਉਹ ਜਰਨਲਿਜ਼ਮ ਇਸ ਲਈ ਦੇਖਦੇ ਹੈਗੇ ਯਾਰ ਮੈਂ ਇਹ ਸੋਚਦਾ ਹੈਗਾ ਦੇਖੋ ਇਹ ਵੀ ਇਹੀ ਸੋਚਦਾ ਹੈਗਾ ਤੇ ਚਲੋ ਦੇਖ ਲਈਏ ਠੀਕ ਹੈਗਾ ਕੁਝ ਸਮਾਂ ਸੀਗਾ ਕਿ ਲੋਕ ਸਨਸਨੀ ਪੈਦਾ ਕਰ ਦਿੰਦੇ ਸੀਗੇ ਉੱਥੇ ਆ ਹੋ ਗਿਆ ਹੋ ਗਿਆ ਪਰ ਅੱਜ মিডিਆ ਸਨਸਨੀ ਪੈਦਾ ਕਰ ਰਿਹਾ ਵਿਊ ਦੇ ਚੱਕਰ ਦੇ ਵਿੱਚ ਖਾਸ ਕਰਕੇ ਜਿਵੇਂ ਪੰਜਾਬ ਦੇ মিডিਏ ਦੀ ਗੱਲ ਕਰਾਂ ਉਹ ਸਪੌਟ ਨਹੀਂ ਦੱਸਦੇ ਕਿੱਥੇ ਦੀ ਖਬਰ ਆ ਐਦਾਂ ਬੋਲਣਗੇ ਉੱਥੇ ਗਾਹ ਪੈ ਗਿਆ ਉੱਥੇ ਆ ਹੋ ਗਿਆ ਨਵਾਂ ਚੰਦ ਚੜ੍ਹਤਾ ਰੇਡੀਓ ਦੀ ਇੱਕ ਭਾਸ਼ਾ ਸੀ ਅਖਬਾਰ ਦੀ ਇੱਕ ਭਾਸ਼ਾ ਸੀ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ মিডিਆ ਮੈਂ ਖਾਸ ਕਰਕੇ ਪੰਜਾਬ ਦੀ মিডিਏ ਦੀ ਗੱਲ ਕਰੂੰਗਾ ਕਿ ਪੰਜਾਬ ਦਾ মিডিਆ ਆਪਣੀ ਜਿਹੜੀ ਭਾਸ਼ਾ ਹੈ ਉਹ ਉਹ ਖੁੰਦਾ ਜਾ ਰਿਹਾ ਹੈ ਵਿਊ ਦੇ ਚੱਕਰ ਦੇ ਵਿੱਚ ਨਹੀਂ ਇੱਕਦਮ ਦੇਖੋ जर्नलिज्म के अपने तौर तरीके से मैं इग्जाम्पल लिता कि जिस तरह डॉक्टरी के अपने तौर तरीके होंगे है एक क्राफ्ट हूँ हैगा चार पैसे होर कमा गलत काम नहीं करते अलग अलग गल हैगी डॉक्टर है अचक करते हैं पर डॉक्टरी के भी अपने जोड़े नियम है उस तरह ही जर्नलिजम के भी अपने नियम है बी जड़ी चीज़ सच्चाई हैगी उस वेरीफाई करोगे सोच समझ के एनालाइज़ करोगे फिर ਅਗਰ ਕਿਸੇ ਪੱਖ ਤੇ ਕੋਈ ਇਲਜ਼ਾਮ ਲਾ ਰਹੇ ਹੋ ਤੇ ਉਸ ਪੱਖ ਨੂੰ ਜਵਾਬ ਦੇਣ ਦੀ ਇੱਕ ਓਪਰਚੁਨਿਟੀ ਦੋਗੇ ਫਿਰ ਪਬਲਿਕ ਦੇ ਸਾਹਮਣੇ ਜਾਓਗੇ ਇਹ ਸਾਰੀ ਚੀਜ਼ਾਂ ਸ਼ਾਰਟਕਟ ਕਰਕੇ ਜਿੰਨੀ ਛੇਤੀ ਸਾਨੂੰ ਕੋਈ ਸਪੌਟ ਮਿਲ ਗਿਆ ਜਾਂ ਨਾ ਵੀ ਮਿਲਿਆ ਕਿਤੇ ਹੋਰ ਦਾ ਹੈਗਾ ਬੜਾ ਚੜਾ ਕੇ ਆਪਣੀ ਵਿਊਅਰਸ਼ਿਪ ਲਈ ਸਾਰਾ ਕੁਝ ਕਰ ਰਹੇ ਹੋ ਤੇ ਲੌਂਗ ਟਰਮ ਨੁਕਸਾਨ ਹੋਊਗਾ ਪਰ ਇਹਨੂੰ ਰੋਕਣਾ ਬੜਾ ਔਖਾ ਹੈਗਾ ਇਹ ਜਰਨਲਿਜ਼ਮ ਦੇ ਅੰਦਰੋਂ ਨਹੀਂ ਰੁਕ ਸਕਦਾ ਇਹ ਤੇ ਜਦ ਪਬਲਿਕ ਉਜਗਰ ਹੋਊਗੀ ਪਬਲਿਕ ਨੂੰ ਲੱਗੂਗਾ ਇਹ ਗਲਤ ਹੋ ਰਿਹਾ ਹੈ ਤੇ ਇਹ ਚੀਜ਼ਾਂ ਸਾਨੂੰ ਨਹੀਂ ਵੇਖਣੀਆਂ ਚਾਹੀਦੀਆਂ ਉਦੋਂ ਹੀ ਰੁਕੂਗਾ ਜਾਂ ਉੱਤੋਂ ਕੋਈ ਲੈਜਿਸਲੇਸ਼ਨ ਆਏ ਉੱਤੋਂ ਲੈਜਿਸਲੇਸ਼ਨ ਆਊਗੀ ਨਹੀਂ ਕਿਉਂਕਿ ਸਰਕਾਰਾਂ ਚਾਹਦੀ ਹੈਗੀ ਹੈ ਕਿ মিডিਆ ਹੋਰ ਆਪਣੇ ਆਪ ਨੂੰ ਡਿਸਕ੍ਰੈਡਿਟ ਕਰੇ ਪਬਲਿਕ ਰਿਸਪੌਂਡ ਨਹੀਂ ਕਰ ਰਹੀ ਹੈ ਤੇ ਮੈਨੂੰ ਪ੍ਰੋਬਲਮ ਤੇ ਵੱਧ ਗਈਆਂ ਨੇ ਪਰ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਦਾ ਕੋਈ ਹੱਲ ਛੇਤੀ ਆਊਗਾ ਤੋ ਜੀ ਮੀਡੀਆ ਬਾਕੀ ਤਰ੍ਹਾਂ ਦੀ ਲੜਾਈ ਲੜਦਾ ਪਰ ਮੀਡੀਆ ਦੀ ਆਪਣੀ ਲੜਾਈ ਕੌਣ ਲੜੂਗਾ ਜੇ ਚੈਨਲ ਸਿਆਸਤ ਤੋਂ ਪ੍ਰੇਰਿਤ ਨੇ ਜਾਂ ਸਿੱਧੇ ਮੱਥੇ ਚੈਨਲ ਦੇ ਸਿਆਸਤ ਦਾ ਦਖਲ ਆ ਕੋਈ ਪੱਤਰਕਾਰ ਕੰਮ ਚੱਜਦਾ ਕਰਨਾ ਚਾਹੁੰਦਾ ਪਰ ਉਹਨੂੰ ਨਹੀਂ ਕਰਨ ਦਿੱਤਾ ਜਾਂਦਾ ਤਾਂ ਕਿਤੇ ਨਾ ਕਿਤੇ ਪੱਤਰਕਾਰ ਵੀ ਆਪੋ ਆਪਣੀਆਂ ਗਰਦਨਾਂ ਬਚਾਉਂਦੇ ਨਜ਼ਰ ਆਉਂਦੇ ਨੇ ਕਿ ਨਹੀਂ ਪਹਿਲਾਂ ਤੂੰ ਅੱਗੇ ਹੋ ਪਹਿਲਾਂ ਤੂੰ ਅੱਗੇ ਹੋ ਤਾਂ ਆਖਰ ਫਿਰ ਇਹ ਲੜਾਈ ਲੜੂਗਾ ਕੌਣ ਵੱਡੇ ਵੱਡੇ ਧਾਰਿਆਂ ਦੇ ਖਿਲਾਫ ਦੇਖੋ ਇਹ ਤੇ ਪ੍ਰੋਬਲਮ ਹੈ ਹੀ ਹੈ ਨਾ ਕਿ ਜਿੱਥੇ ਮੌਕਾ ਮਿਲਦਾ ਹੈ ਅਸੀਂ ਗੱਲ ਵੀ ਕਰ ਲਈਏ ਤੇ ਇੱਕ ਦੋ ਥਾਵਾਂ ਤੇ ਇੱਕ ਦੋ ਇੰਸਟੀਟਿਊਸ਼ਨਸ ਦੇ ਕਹਿਣ ਤੇ ਨਾ ਕੋਈ ਅਸਰ ਨਹੀਂ ਪੈਂਦਾ ਜਿਹੜੀ ਮੇਨਸਟ੍ਰੀਮ ਮੀਡੀਆ ਦੀ ਰੋਕ ਹੈਗੀ ਹੈ ਜਿਸ ਤਰ੍ਹਾਂ ਦੇ ਮਾਲਕ ਹੈਗੇ ਐ ਜਿਸ ਤਰ੍ਹਾਂ ਦੀ ਫੰਡਿੰਗ ਹੋ ਰਹੀ ਹੈ ਮੀਡੀਆ ਦੀ ਇਹ ਨੂੰ ਅੰਦਰੋਂ ਅਸੀਂ ਨਹੀਂ ਠੀਕ ਕਰ ਸਕਦੇ ਇਹਦੇ ਉੱਤੇ ਤੇ ਕਾਬੂ ਇਹ ਦੇਖੋ ਮੈਂ ਦਿੱਲੀ ਛਾਸਤਾ ਹੈਗਾ ਕਿ ਤੁਹਾਨੂੰ ਮੀਡੀਆ ਚਲਾਉਣ ਲਈ ਕੋਈ ਕੁਆਲੀਫਿਕੇਸ਼ਨ ਨਹੀਂ ਚਾਹੀਦੀ ਜਰਨਲਿਸਟ ਬਣਨ ਲਈ ਕੁਆਲੀਫਿਕੇਸ਼ਨ ਚਾਹੀਦੀ ਇਹ ਲੋਕ 10 ਸਵਾਲ ਪੁੱਛਦੇ ਹੈਗੇ ਕਿ ਭਾਈ ਇਹ ਇੰਟਰਵਿਊ ਹੋ ਗਈ ਉਹ ਪਰ ਅਗਰ ਤੁਸੀਂ 100 ਜਰਨਲਿਸਟ ਨੂੰ ਹਾਇਰ ਕਰਨਾ ਹੈ ਤੇ ਕੋਈ ਸਵਾਲ ਪੁੱਛਣ ਵਾਲਾ ਨਹੀਂ ਹੈਗਾ ਕਿ ਭਈ ਤੁਸੀਂ ਕੀ ਕੀਤਾ ਹੈਗਾ ਤੁਹਾਡਾ ਸਮਾਜ ਨਾਲ ਕੀ ਜੁੜਾਓ ਹੈਗਾ ਤੁਹਾਡੀ ਏਮਸ ਕੀ ਹੈਗੀਆਂ ਤੁਸੀਂ ਕਿਉਂ ਜਰਨਲਿਜ਼ਮ ਚਾਹਨਾ ਚਾਹੁੰਦੇ ਹੋਗੇ ਤੁਹਾਡੇ ਬਾਕੀ ਬਿਜ਼ਨਸ ਤੇ ਬਾਕੀ ਕਨਫਲਿਕਟ ਆਫ ਇੰਟਰਸਟ ਕੀ ਹੈਗੀਆਂ ਇਹ ਪੁੱਛਣ ਵਾਲਾ ਕੋਈ ਨਹੀਂ ਹੈਗਾ ਇੱਕ ਛੋਟੇ ਜਰਨਲਿਸਟ ਨੂੰ ਪੁੱਛਣ ਵਾਲੇ ਪੰਜ ਸਵਾਲ ਹੁੰਦੇ ਹੈਗੇ ਨੌਕਰੀ ਮਿਲਣ ਤੋਂ ਪਹਿਲਾਂ ਜਿਹੜਾ মিডিਆ ਚਲਾਉਂਦਾ ਹੈਗਾ ਜਿਹੜਾ ਮਾਲਕ ਹੈ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ ਤੇ ਉਹਦੇ ਬਾਅਦ ਤੇ ਕੁਝ ਜਿਹੜਾ ਹੋ ਰਿਹਾ ਹੋਣਾ ਹੀ ਹੈਗਾ ਬੇਸਿਕ ਜੇਕਰ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਤੁਸੀਂ ਕੀ ਸੋਚਦੇ ਹੋ ਕਿਸਾਨੀ ਅੰਦੋਲਨ ਬਾਰੇ ਕਿਸਾਨੀ ਜਿਹੜੀਆਂ ਜਥੇਬੰਦੀਆਂ ਨੇ ਜੇਕਰ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਦੇ ਚੋਣਾਂ ਵੀ ਆਉਣ ਲੱਗ ਰਹੇ ਆਉਣ ਵਾਲੀਆਂ ਨੇ ਤੁਹਾਨੂੰ ਕੀ ਲੱਗਦਾ ਉਹ ਲੋਕਾਂ ਦੇ ਹੱਕ ਚ ਨਿੱਤਰਣਗੇ ਜਾਂ ਫਿਰ 32 ਦੀਆਂ 32 ਜਥੇਬੰਦੀਆਂ ਇੱਥੇ ਆ ਕੇ ਉਹੀ ਅਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਦੇ ਵਿੱਚ ਵਟ ਜਾਣਗੀਆਂ ਜਿਵੇਂ ਪਹਿਲਾਂ ਤੋਂ ਪਹਿਲਾਂ ਤੋਂ ਹੀ ਵਟੇ ਹੋਏ ਨੇ ਕੋੱਖਾ ਕੰਮ ਮੈਂ ਸਮਝ ਸਕਦਾ ਕਿ ਉਹ ਪੋਲਿਟਿਕਸ ਜਾਣਾ ਨਹੀਂ ਚਾਹੁੰਦੇ ਕਿਉਂਕਿ ਅਗਰ ਉਹ ਡਾਇਰੈਕਟਲੀ ਪੋਲਿਟਿਕਸ ਸਪੋਰਟ ਦੀ ਗੱਲ ਕੀਤੀ ਉਹਨਾਂ ਨੇ ਤੇ ਉਹਨਾਂ ਦਾ ਨੁਕਸਾਨ ਹੋਊਗਾ ਉਹ ਆਪ ਪੋਲਟਿਸਾਈਜ਼ ਹੋ ਜਾਣਗੇ ਪਰ ਅਗਰ ਕਿਸੇ ਤੁਹਾਡੇ ਨੇ ਜਥੇਬੰਦੀ ਨੇ ਡਿਸੀਜਨ ਨਹੀਂ ਲਿੱਤਾ ਕਿ ਅਸੀਂ ਇੱਕ ਪਾਰਟੀ ਨੂੰ ਸਪੋਰਟ ਕਰਨਾ ਹੈ ਤੇ ਉਹ ਜਥੇਬੰਦੀ ਦੇ ਲੋਕ ਵਾਪਸ ਆ ਕੇ ਉਹਨਾਂ ਨੇ ਆਪਣੇ ਲੋਕਲ ਇਸ਼ੂਜ਼ ਪਿੰਡਾਂ ਚ ਜਿਹੜਾ ਹੋ ਰਿਹਾ ਹੈ ਉਹਦੇ ਮੁਤਾਬਿਕ ਵੋਟ ਡਾਲਣਾ ਹੈਗਾ ਮੇਰਾ ਤੇ ਇਹ ਹੀ ਹੁਣ ਸੋਚਣਾ ਹੈਗਾ ਕਿ ਇਹ ਵੋਟ ਵੰਡੂਗਾ ਇਹ ਕਿਸੇ ਇੱਕ ਪਾਰਟੀ ਨੂੰ ਨਹੀਂ ਜਾਣ ਵਾਲਾ ਸਾਨੂੰ ਜਥੇਬੰਦੀ ਦਾ ਵੋਟ ਵੰਡਿਆ ਜਾਊਗਾ ਅੱਜ ਦੇ ਦੌਰ ਦੇ ਵਿੱਚ ਪੱਤਰਕਾਰਾਂ ਦੀ ਵੀ ਪੈਗਾਸਸ ਦੇ ਰਾਹੀਂ ਜਸੂਸੀ ਹੋਈ ਆ ਇਸ ਨੂੰ ਕਿਵੇਂ ਦੇਖਦੇ ਹੋ ਕਿੱਡਾ ਵੱਡਾ ਹਮਲਾ ਮੰਨਦੇ ਹੋ ਪੱਤਰਕਾਰਤਾ ਤੇ ਕੋਈ ਚੱਲਦਾ ਹੋਇਆ ਹਮਲਾ ਹੈਗਾ ਇਹ ਪੱਤਰਕਾਰਾਂ ਦੇ ਉੱਤੇ ਰੇਡਸ ਹੋਈਆਂ ਨੇ ਸੈਡਿਸ਼ਨ ਦੇ ਕੇਸਸ ਹੋਏ ਹੋਏ ਹੈਗੇ ਸਾਡੇ ਮੇਰਾ ਕੋਲੀਗ ਵਿਨੋਦ ਜੋਸ ਤੇ ਦੋ ਵਾਲੇ ਕੋ ਨਾ ਦੇ ਉੱਤੇ ਸੈਡੀਸ਼ਨ ਦੇ ਕੇਸਿਸ ਚੱਲ ਰਹੇ ਹੈਗੇ ਆ ਸਾਡਾ ਟਵਿੱਟਰ ਹੈਂਡਲ ਬੰਦ ਕੀਤਾ ਸੀਗਾ ਇੱਕ ਬਲੌਕ ਕੀਤਾ ਸੀਗਾ ਟਵੀਟ ਥੋੜੀ ਦੇਰ ਲਈ ਸਾਡੇ ਉੱਤੇ ਕੇਸਿਸ ਹੋਏ ਹੈਗੇ ਆ ਵਕ ਵਕ ਥਾਵਾਂ ਤੇ ਇਨਕਮ ਟੈਕਸ ਤੇ ਇਨਫੋਰਸਮੈਂਟ ਡਾਇਰੈਕਟਿਡ ਦੀ ਰਿਪੋਰਟ ਹੋਈਆਂ ਰੇਡ న్యూਸ ਕਲਿੱਕ ਤੇ ਹੋਈ ਹੈ ਦੈਨਿਕ ਭਾਸਕਰ ਤੇ ਹੋਈ ਹੈ ਰਾਣਾ ਯੂਗਨੂਤੰਕ ਕਰ ਰਹੇ ਹੈਗੇ ਯੂ ਜਰਨਲਿਸਟਾਂ ਨੂੰ ਯੂਪੀ ਚ ਫੜ ਕੇ ਜੇਲ੍ਹ ਚ ਵੀ ਪਾਇਆ ਗਿਆ ਹੋ ਗਿਆ ਹੈਗਾ ਕੋਈ ਬਿਆਨਬਾਜ਼ੀ ਨੂੰ ਲੈ ਕੇ ਤੇ ਇਹ ਤੇ ਉਹਦੇ ਨਾਲ ਜੁੜੀ ਹੋਈ ਇੱਕੜੀ ਹੈਗੀ ਇਹ ਪੈਗਸਸ ਵੀ ਕਿ ਇੱਕ ਤੇ ਦੇਖਿਆ ਜਾਏ ਕਿ ਕਾਰਕੀ ਰਹੇ ਪੱਤਰਕਾਰ ਦੂਜਾ ਥੋੜਾ ਡਰਾ ਕੇ ਰੱਖਿਆ ਜਾਏ ਜਿਕਰ ਪੱਤਰਕਾਰ ਦੀ ਗੱਲ ਕਰੀਏ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਪੱਤਰਕਾਰ ਦਾ ਆਪਣਾ ਇੱਕ ਪੱਖ ਹੋਣਾ ਚਾਹੀਦਾ ਹਰ ਇੱਕ ਮਸਲੇ ਨੂੰ ਲੈ ਕੇ ਬਹੁਤ ਸਾਰੇ ਲੋਕ ਕਹਿੰਦੇ ਨੇ ਪੱਤਰਕਾਰ ਨੂੰ ਨਿਰਪੱਖ ਹੋਣਾ ਚਾਹੀਦਾ ਤੁਹਾਡਾ ਤੁਹਾਡਾ ਕੀ ਸੋਚਨਾ ਹੈ ਇਸ ਬਾਰੇ ਦੇਖੋ ਮੈਨੂੰ ਤੇ ਅੱਜਕਲ ਅੱਜਕੱਲ ਹੀ ਕਿਤੇ ਵੀ ਕੋਈ ਇਹੋ ਜਿਹਾ ਸ਼ਖਸ ਨਹੀਂ ਮਿਲਿਆ ਹੈਗਾ ਜਿਹੜਾ ਹਰ ਚੀਜ਼ 'ਚ ਨਿਰਪੱਖ ਹੈਗਾ ਸਾਰੇ ਆਪ ਦੇ ਸਾਡੇ ਆਪਣੇ ਆਪਣੇ ਵਿਚਾਰ ਤੇ ਹੁੰਦੇ ਹੈਗੇ ਪਰ ਉਹ ਵਿਚਾਰਾਂ ਨਾਲ ਤੁਸੀਂ ਜਰਨਲਿਜ਼ਮ ਕਿਉਂਕਿ ਮੈਂ ਜਰਨਲਿਜ਼ਮ ਦਾ ਮੇਨ ਜਿਹੜਾ ਮੁੱਦਾ ਲੱਗਦਾ ਹੈਗਾ ਮੈਨੂੰ ਰਿਪੋਰਟਾਜ ਲੱਗਦਾ ਹੈਗਾ ਤੇ ਮੇਰਾ ਜੋ ਵੀ ਆਪਣਾ ਪੱਖ ਹੋਏ ਜਦੋਂ ਮੈਂ ਰਿਪੋਰਟ ਕਰਦਾ ਹੈਗਾ ਤੇ ਜਿਸ ਤਰ੍ਹਾਂ ਡਾਕਟਰ ਇਹ ਨਹੀਂ ਦੇਖਦਾ ਹੈਗਾ ਕਿ ਉਹ Hindu Sikh ਹੈਗਾ ਜਾਂ ਉਹਦੇ ਕੀ ਵਿਚਾਰ ਹੈ ਜਦੋਂ ਮੈਂ ਰਿਪੋਰਟਿੰਗ ਕਰਦਾ ਤੇ ਜਿਹੜੀ ਚੀਜ਼ ਮੇਰੇ ਸਾਹਮਣੇ ਹੋ ਰਹੀ ਹੈ ਸੱਚਾਈ ਉਹ ਮੈਨੂੰ ਰਿਪੋਰਟ ਕਰਨਾ ਜ਼ਰੂਰੀ ਹੈਗਾ ਉਹ ਮੇਰੇ ਆਪਣੇ ਵਿਚਾਰਾਂ ਦੇ ਖਿਲਾਫ ਵੀ ਅਗਰ ਜਾਏ ਤੇ ਮੇਰੇ ਚ ਇਹ ਕਾਬਲੀਅਤ ਹੋਣੀ ਚਾਹੀਦੀ ਹੈ ਕਿ ਰਿਪੋਰਟਿੰਗ ਚ ਮੈਂ ਸੱਚਾਈ ਅੱਗੇ ਪੇਸ਼ ਕਰਾਂ ਉਹ ਇਹ ਨਾ ਹੋਏ ਤੇ ਪ੍ਰੋਬਲਮ ਹੈਗੀ ਹੈ ਤੇ ਇਹ ਮੈਂ ਕਦੇ ਨਹੀਂ ਕਹਿ ਰਿਹਾ ਕਿ ਬੰਦਾ ਨਿਰਪੱਖ ਹੋਊਗਾ ਜਾਂ ਰਿਪੋਰਟਿੰਗ ਨਿਰਪੱਖ ਹੋਏਗੀ ਇਹ ਕਿਸੇ ਵੀ ਸਿਚੁਏਸ਼ਨ ਚ ਜਿੱਥੇ ਮੈਂ ਗੱਲ ਕੀਤੀ ਕਿ ਇੱਕ ਕਿਸੇ ਮੁਸਲਮ ਦੀ ਅਗਰ ਮੌਬ ਲਿੰਚਿੰਗ ਹੋ ਜਾਏ ਗਾਹ ਦੇ ਮੀਟ ਦੇ ਨਾਂ ਤੇ ਤੇ ਉਹ ਇਹੋ ਜੇ ਸਿਚੁਏਸ਼ਨ ਤੁਸੀਂ ਨਿਰਪੱਖ ਕਿਸ ਤਰ੍ਹਾਂ ਰਹਿ ਸਕਦੇ ਹੋ ਤੁਸੀਂ ਤੇ ਜਿਹੜਾ ਵਿਕਟਿਮ ਹੈਗਾ ਉਹਦੇ ਨਾਲ ਹੀ ਖਲੋਹੋਗੇ ਨਾ ਤੇ ਆਪਣੇ ਵਿਚਾਰਾਂ ਚ ਵੀ ਤੁਸੀਂ ਨਿਰਪੱਖ ਕਿਸ ਤਰ੍ਹਾਂ ਹੋ ਸਕਦੇ ਹੋ ਪਰ ਜਿਹੜੀ ਸਟੋਰੀ ਦੀ ਸੱਚਾਈ ਹੈਗੀ ਉਹ ਤੁਹਾਨੂੰ ਦਰਸ਼ਾਣੀ ਚਾਹੀਦੀ ਹੈ ਕਿ ਇਹ ਰਿਪੋਰਟਿੰਗ ਇੱਕ ਸੱਚਾਈ ਨਾਲ ਕਰਨੀ ਚਾਹੀਦੀ ਹੈ ਪਰ ਬੜੀ ਵਾਰੀ ਐਦਾਂ ਦੇਖਿਆ ਜਾਂਦਾ ਕਿ ਸਿਰਫ ਪੀੜਤ ਤੇ ਰਹਿ ਜਾਂਦੀ ਹੈ ਜਾਂ ਕੱਲਾ ਮਾਈਕ ਰਹਿ ਜਾਂਦਾ ਪੱਤਰਕਾਰ ਉਥੋਂ ਗਾਇਬ ਹੋ ਜਾਂਦਾ ਪੱਤਰਕਾਰ ਸਿਰਫ ਸੂਤਰ ਧਾਰ ਦਾ ਕੰਮ ਵੀ ਨਹੀਂ ਕਰ ਰਿਹਾ ਨਹੀਂ ਉਹ ਤਾਂ ਹੈ ਹੀ ਕਿਉਂਕਿ ਦੇਖੋ ਜਿਸ ਤਰ੍ਹਾਂ ਮੈਂ ਕਿਹਾ ਕਿ ਸਾਡਾ ਅਗਰ ਸਾਡਾ ਰਿਪੋਰਟਰ ਕੋਈ ਫਾਈਲ ਕਰਦਾ ਹੈ ਸਟੋਰੀ ਤੇ ਪਹਿਲਾਂ ਡੈਸਕ ਚੈੱਕ ਕਰੂਗਾ ਉਹਦੇ ਚ ਜਿਹੜੇ ਫੈਕਟਸ ਹੈਗੇ ਆ ਉਹ ਵੈਰੀਫਾਈ ਹੋਣਗੇ ਫਿਰ ਜਿਹੜੇ ਬੰਦੇ ਤੇ ਇਲਜ਼ਾਮ ਲਾਇਆ ਗਿਆ ਹੈਗਾ ਉਹਦਾ ਵੀ ਇੱਕ ਵਰਜਨ ਆਊਗਾ ਉਹਦੇ ਬਾਅਦ ਫਾਈਨਲੀ ਸਟੋਰੀ ਜਾਂਦੀ ਹੈਗੀ ਹੁਣ ਅਗਰ ਇਹ ਸਾਰੇ ਸਟੈਪਸ ਤੁਸੀਂ ਸ਼ਾਰਟਕਟ ਤੇ ਬਾਈਪਾਸ ਕਰਕੇ ਸਿੱਧਾ ਤੁਸੀਂ ਜੋ ਚੀਜ਼ ਤੁਹਾਨੂੰ ਲੱਗੀ ਹੈਗੀ ਇਹ ਹੋਇਆ ਹੈਗਾ ਸਿੱਧੇ ਦੇ ਤੋਂ ਕੋਈ ਕਰਾਸ ਚੈਕਿੰਗ ਵੈਰੀਫਿਕੇਸ਼ਨ ਹੀ ਕੀਤੀ ਤੇ ਫਿਰ ਤੁਸੀਂ ਜਰਨਲਿਜ਼ਮ ਨਹੀਂ ਕਰ ਰਹੇ ਹੋ ਤੁਸੀਂ ਜਰਨਲਿਜ਼ਮ ਦੀ ਸ਼ਾਰਟਕਟ ਨਾ ਜਰਨਲਿਜ਼ਮ ਦੇ ਦਾਇਰੇ ਦੇ ਬਾਹਰ ਚਲੇ ਗਏ ਹੋ ਪਰ ਇਹ ਆਮ ਤੌਰ ਤੇ ਹੋ ਰਿਹਾ ਹੈ ਬਲ ਸਾਬ ਜੰਦਿਆਂ ਦੇ ਆਖਰੀ ਸਵਾਲ ਤੁਹਾਡੀ ਨਜ਼ਰ ਚ ਹੈ ਪੰਜਾਬ ਦੀ ਸਿਆਸਤ ਆਮ ਆਦਮੀ ਪਾਰਟੀ ਹੋਵੇ ਭਾਵੇਂ ਕਾਂਗਰਸ ਹੋਵੇ ਦੂਰ ਨਾਲ ਪਾਰਟੀਆਂ ਦੀ ਪਰ ਮਿੱਖਿਚੋ ਤਾਨ ਹੋਵੇ ਪਰ ਮਿਲਾ ਨੂੰ ਲੈ ਕੇ ਜਾਂ ਬੀ ਅਦਵੀ ਨੂੰ ਲੈ ਕੇ ਕਾਲੀ ਦਿਲ ਦਾ ਕਰਦਾਰ ਹੋਵੇ ਤਾਂ ਤਿੰਨੇ ਪਾਰਟੀਆਂ ਦੀ ਖਿਚੋ ਤਾਣਾ ਪਰ ਪਾਰਟੀਆਂ ਇੱਕ ਲੱਗ ਪਾਸੇ ਪਤਰ ਦਿੰਦੇ ਆ ਪਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਉੱਥੇ ਹੀ ਖੜੇ ਨੇ ਪੰਜਾਬ ਦੇ ਲੋਕਾਂ ਦੇ ਮੁੱਦੇ ਉੱਥੇ ਹੀ ਖੜੇ ਨੇ ਤੁਸੀਂ ਪੰਜਾਬ ਦੇ ਲੋਕਾਂ ਦਾ ਤੇ ਪੰਜਾਬ ਦੇ ਲੋਕਾਂ ਦਾ ਸਿਆਸੀ ਭਵਿੱਖ ਕੀ ਦੇਖਦੇ ਹੋ 2022 ਦਾ ਉਹਨੇ ਤਾਂ ਮਾੜਾ ਹੀ ਲੱਗਦਾ ਹੈ ਮੈਨੂੰ ਲੱਗਦਾ ਕਿਉਂਕਿ ਕੋਈ ਲੀਡਰਸ਼ਿਪ ਆਗੂ ਸਾਹਮਣੇ ਨਹੀਂ ਆ ਰਿਹਾ ਹੈਗਾ ਨਾ ਹੀ ਕੋਈ ਪੰਜਾਬ ਦੀ ਗੱਲ ਕਰ ਰਿਹਾ ਹੈਗਾ ਜਿਹੜੇ ਮੁੱਦੇ ਤੁਸੀਂ ਕੀਤੇ ਹੈਗੇ ਚਲੋ ਲੋਗੇ ਲੋਕ ਦੇ ਜਸਬੇ ਜੁੜੇ ਹੋਏ ਹੈਗੇ ਉਹ ਵੀ ਪਰ ਸਟੇਟ ਦੇ ਲੈਵਲ 'ਚ ਮੁੱਦੇ ਤੁਸੀਂ ਗੱਲ ਕਰ ਲਓ ਤੁਸੀਂ ਕਿਸਾਨੀ ਦੀ ਗੱਲ ਕਰ ਲਓ ਡਰੱਗਸ ਦੀ ਗੱਲ ਕਰ ਦੋ ਪੰਜਾਬ ਦੀ ਇਕਨੋਮੀ ਦੀ ਗੱਲ ਕਰ ਲਓ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਠੋਸ ਤੌਰ ਤੇ ਕੋਈ ਕੀ ਕਰੂਗਾ ਇਹਦੇ ਬਾਰੇ ਤੇ ਕੋਈ ਗੱਲ ਨਹੀਂ ਹੋ ਰਹੀ ਸੋ ਬਹੁਤ ਬਹੁਤ ਸ਼ੁਕਰੀਆ ਬੱਸ। ਠੀਕ ਹੈ। ਇਸੇਗੇ ਹਰਤੋਸ਼ ਬਲਜੀ ਜਿਨ੍ਹਾਂ ਨੇ ਸਾਡੇ ਨਾਲ ਮੀਡੀਆ ਦੀ ਅਜੋਕੇ ਯੁੱਗ ਦੇ ਵਿੱਚ ਮੀਡੀਆ ਦੀ ਭੂਮਿਕਾ ਨੂੰ ਲੈ ਕੇ ਵੀ ਸਾਡੇ ਨਾਲ ਗੱਲਬਾਤਾਂ ਕੀਤੀਆਂ ਤਾਂ ਪੰਜਾਬ ਦੀ ਸਿਆਸਤ ਬਾਰੇ ਵੀ ਉਹਨਾਂ ਨੇ ਕਿਹਾ ਕਿ ਫਿਲਹਾਲ ਸਾਨੂੰ ਨਹੀਂ ਲੱਗਦਾ ਕਿ ਕੋਈ ਫਿਲਹਾਲ ਸਾਨੂੰ ਨਹੀਂ ਲੱਗਦਾ ਕਿ ਕੋਈ ਪੰਜਾਬ ਦੇ ਵਿੱਚ ਚੰਗਾ ਲੀਡਰ ਆ ਜਿਹੜਾ ਲੋਕਾਂ ਲਈ ਕੰਮ ਕਰ ਰਿਹਾ ਹੋਵੇ ਤਾਂ ਮੀਡੀਆ ਦੇ کردار ਨੂੰ ਵੀ ਆਪਣੇ ਅੰਦਰ ਝਾਕਣਾ ਪਊਗਾ। ਮੀਡੀਆ ਨੂੰ ਵੀ ਕਿਤੇ ਨਾ ਕਿਤੇ ਆਪਣਾ ਅੰਦਰ ਦਾ ਜਿਹੜਾ ਅੰਦਰ ਦੀ ਜਿਹੜੀ ਯਾਤਰਾ ਆ ਉਹ ਕਰਨੀ ਪੂਗੀ ਜਿੰਨਾ ਚਿਰ ਅੰਦਰ ਦੀ ਯਾਤਰਾ ਨਹੀਂ ਕਰਾਂਗੇ ਜਿੰਨਾ ਚਿਰ ਇਕੱਲੇ ਸਰੀਰ ਨਾਲ ਜਿਉਵਾਂਗੇ ਖਾਣਾ ਸਰੀਰ ਦਾ ਪਹਿਨਣਾ ਸਰੀਰ ਦਾ ਤਾਂ ਜੇ ਇਕੱਲੇ ਸਰੀਰ ਲਈ ਜਿਉਵਾਂਗੇ ਤਾਂ ਅੰਦਰ ਦੀ ਯਾਤਰਾ ਨਹੀਂ ਹੋ ਗਈ ਜਿੰਨਾ ਚਿਰ ਅੰਦਰ ਦੀ ਯਾਤਰਾ ਨਹੀਂ ਕਰਾਂਗੇ ਤਾਂ ਇੱਕ ਚੰਗੀ ਪੱਤਰਕਾਰੀ ਵੀ ਅਸੀਂ ਉਹਨਾਂ ਚਿਰ ਨਹੀਂ ਕਰ ਸਕਦੇ ਸਵੇਰ ਖਬਰਾਂ ਦੇ ਲਈ ਜੁੜੇ ਰਹੋ ਪ੍ਰਵਾਸੀ ਟੀਵੀ ਦੇ ਨਾਲ ਕੈਮਰਾਮੈਨ ਸੋਨੂ ਜਹਸਲਾ ਦੇ ਨਾਲ ਮੈਂ ਸਫਰੰਦਾਵਾ ਚੰਡੀਗੜ੍ਹ ਤੋਂ